ਪੈਟਰੋਲ ਨਾਲ ਲੈ ਕੇ ਆਇਆ ਬਾਈ ਆਪਣੇ ਉੱਤੇ ਪਾ ਕੇ ਹੁਣੇ ਨਾ ਸਾਡੇ ਕਿਸੇ ਨੇ ਸੁਣਵਾਈ ਕੀਤੀ ਅਸੀਂ ਆ ਦੇਖੋ ਪੈਟਰੋਲ ਆਪਣੇ ਲੈ ਕੇ ਆਏ ਹਾਂ ਅਸੀਂ ਆਪਣੇ ਸਿੱਟੇ ਨਾਲ ਤੇ ਅੱਗ ਲਾ ਦਿੱਤੀ ਪੋਲੀਟੀਸ਼ੀਅਨ ਦੇ ਦੋ ਤਿੰਨ ਬੰਦੇ ਰਲੇ ਹੋਏ ਆ ਜੀ ਜਿਹੜੇ ਕਹਿੰਦੇ ਆ ਕਿ ਭਗਵੰਤ ਮਾਨ ਸਾਹਿਬ ਸਾਡੀ ਸੁਣੂਗਾ ਭਗਵੰਤ ਮਾਨ ਸਾਹਿਬ ਜੀ ਕੋਲ ਇਹ ਬੇਨਤੀ ਕਰਦੀ ਆ ਕਿ ਸਾਹਿਬ ਮੈਨੂੰ ਇੰਨੀ ਕੁ ਗੱਲ ਦਾ ਜਵਾਬ ਦਿੱਤਾ ਜਾਵੇ ਵੀ ਜਿਹੜੇ ਉਹਦੇ ਨਾਲ 5 ਸਾਲ ਤੋਂ ਤੁਰ ਰਹੇ ਬੰਦੇ ਉਹ ਉਹਨਾਂ ਦੀ ਸੁਣੋਗੇ ਜਾਂ ਫਿਰ ਜੇ ਆਮ ਪਬਲਿਕ ਨੇ ਉਹਨਾਂ ਨੂੰ ਜਿਤਾਇਆ ਹੈ ਵੋਟਾਂ ਦੇ ਕੇ ਉਹ ਉਹਨਾਂ ਦੀ ਸੁਣੂਗਾ ਜੇ ਉਹਨਾਂ ਨੇ ਸਾਡੀ ਸੁਣ ਲਈ ਤਾਂ ਠੀਕ ਹੈ ਜੀ ਨਹੀਂ ਤਾਂ ਫਿਰ ਆਹੀ ਜਗ੍ਹਾ ਦੁਬਾਰਾ ਜੀ ਤੁਸੀਂ 2-4 ਘੰਟੇ ਬਾਅਦ ਇੱਥੇ ਖੜੇ ਹੋਵੋਗੇ ਮੈਂ ਆਪਣੇ ਆਪ ਨੂੰ ਅੱਗ ਲਾ ਲੈਣੀ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਇੱਕ ਪਤੀ ਪਤਨੀ ਦੇ ਵੱਲੋਂ ਇਨਸਾਫ ਨਾ ਮਿਲਣ ਦੇ ਚੱਲਦਿਆਂ ਆਪਣੇ ਆਪ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਮੌਕੇ ਤੇ ਮੌਜੂਦ ਮੀਡੀਆ ਕਰਮੀਆਂ ਨੇ ਉਹਨਾਂ ਨੂੰ ਬਚਾ ਲਿਆ ਹੈਰਾਨੀ ਇਸ ਗੱਲ ਦੀ ਹੈ ਕਿ ਲੋਕਾਂ ਦੀ ਸੁਰੱਖਿਆ ਦੀਆਂ ਦੁਹਾਈਆਂ ਦੇਣ ਵਾਲੀ ਪੰਜਾਬ ਪੁਲਿਸ ਮੂਕ ਦਰਸ਼ਕ ਬਣ ਕੇ ਇਹ ਸਭ ਕੁਝ ਵੇਖਦੀ ਰਹੀ ਬਾਲੀਆ ਪੈਲਸ ਦੇ ਨੀਚੇ ਮੇਰੀ ਦੁਕਾਨ ਹੁੰਦੀ ਸੀ ਆਂਡਿਆਂ ਦੀ ਉੱਥੇ ਇੱਕ ਗ੍ਰਾਹਕ ਆਉਂਦਾ ਹੁੰਦਾ ਸੀ ਰਘੁਵੀਰ ਸਿੰਘ ਦਾ ਨਾਮ ਦਾ ਜੀ ਆਂਡੇ ਲੈਣ ਵਾਸਤੇ ਉੱਥੇ ਉਹਨੇ ਮੇਰੀ ਮਿਸ ਫੋਟੋਆਂ ਕੀਤੇ ਮੈਨੂੰ ਬਲੈਕਮੇਲ ਕੀਤਾ ਜੀ ਠੀਕ ਹੈ ਜੀ ਉਹ ਬਲੈਕਮੇਲ ਕਰਨ ਦੇ ਬਾਵਜੂਦ ਮੈਂ ਉਹਨੂੰ ਬੜਾ ਸਮਝਾਇਆ ਕਿ ਮੇਰੇ ਛੋਟੇ ਛੋਟੇ ਬੱਚੇ ਆ ਘਰ ਵਿੱਚ ਆਹ ਹੋ ਜੂਗਾ ਉਹ ਹੋ ਜੂਗਾ ਨਹੀਂ ਜੀ ਉਹ ਹਟਿਆ ਨਹੀਂ ਹੈਗਾ ਰੋਜ਼ ਫੋਟੋਆਂ ਕਦੇ ਕਿਸ ਤਰ੍ਹਾਂ ਇੱਦਾਂ ਹੁੰਦਾ ਰਿਹਾ ਜੀ ਜਦੋਂ ਮੈਂ ਆਪਣੀ ਫੈਮਿਲੀ ਨੂੰ ਦੱਸਿਆ ਕਿ ਮੇਰੇ ਨਾਲ ਇੱਦਾਂ ਹੋ ਰਿਹਾ ਤਾਂ ਮੇਰੀ ਫੈਮਿਲੀ ਨਾਲ ਉਹਨੂੰ ਸਮਝਾਇਆ ਪਿਆਰ ਨਾਲ ਕਿ ਨਹੀਂ ਵੀ ਇੱਦਾਂ ਦਾ ਕੁਛ ਨਹੀਂ ਹੈ ਵੀ ਚਲੋ ਆਪਣੇ ਆਪਣੇ ਘਰੇ ਤੁਸੀਂ ਠੀਕ ਹੈ ਵੀ ਇੱਦਾਂ ਦਾ ਨਹੀਂ ਕਹੀਦਾ ਲੇਕਿਨ 2-3 ਦਿਨਾਂ ਬਾਅਦ ਜੀ 20-25 ਬੰਦੇ ਲੈ ਕੇ ਉਹਨੇ ਮੇਰੇ ਘਰ 'ਤੇ ਹਮਲਾ ਕੀਤਾ ਮੇਰੇ ਹਸਬੈਂਡ ਦੇ ਸੱਟ ਲੱਗੀ ਸਿਵਲ ਹੋਸਪਿਟਲ 'ਚ ਅਸੀਂ ਦਿਖਾਇਆ ਉਹਦੇ ਵੀ ਸੱਟ ਲੱਗੀ ਸਾਨੂੰ ਨਹੀਂ ਪਤਾ ਉਹਦੇ ਕਿੱਥੋਂ ਸੱਟ ਲੱਗੀ ਕਦੋਂ ਲੱਗੀ ਕਿੱਦਾਂ ਲੱਗੀ ਉਹਨੇ ਵੀ ਸਿਵਲ ਹੋਸਪਿਟਲ 'ਚ ਦਿਖਾਇਆ ਉੱਥੇ ਡਾਕਟਰਾਂ ਨੇ ਇਹ ਕਿਹਾ ਕਿ ਇਹਦੇ ਇਹ ਸਿੰਪਲ ਸੱਟ ਹੈ ਠੀਕ 4 ਮਹੀਨਿਆਂ ਬਾਅਦ ਜੀ ਫਿਰ ਦੁਬਾਰਾ ਇਸੇ ਕੇਸ 'ਤੇ ਉਹਨਾਂ ਸਾਨੂੰ ਫਿਰ ਦੁਬਾਰਾ ਆਇਆ ਉੱਥੋਂ ਫੋਨ ਆਇਆ ਥਾਣੇ ਮਿਹਰਵਾਨ ਮੱਤੇਆੜੇ ਚੌਂਕੀ ਤੋਂ ਜੀ ਵੀ ਇਹ ਕੇਸ ਦੁਬਾਰਾ ਹੋ ਗਿਆ ਉਹਨਾਂ ਸਾਡੇ 'ਤੇ 26 ਦਾ ਪਰਚਾ ਪਵਾਤਾ ਉਹਨੇ ਆਪਣੇ ਹੱਥ 'ਤੇ ਰਜਿੰਦਰਾ ਹੋਸਪਿਟਲ ਪਟਿਆਲੇ ਜਾ ਕੇ ਸਾਨੂੰ ਨਹੀਂ ਪਤਾ ਕਿਆ ਕਰਵਾ ਕੇ ਲੈ ਕੇ ਕਿਆ ਨਹੀਂ ਅਤੇ ਉੱਥੇ ਡਾਕਟਰਾਂ ਨੇ ਉਹਨੂੰ ਕਹਿ ਕੇ ਦੇ ਦਿੱਤਾ ਕਿ ਇਹ 26 ਦਾ ਪਰਚਾ ਬਣਦਾ ਵੀ ਤੇਰਾ ਹੱਥ ਵੱਢਿਆ ਗਿਆ ਬਲਕਿ ਉਹ ਬਿਲਕੁਲ ਠੀਕ ਠਾਕ ਐਨ ਸਹੀ ਸਲਾਮਤ ਕੰਮ ਕਰ ਰਿਹਾ ਹੈ ਆਪਣਾ ਉਹਦੀ ਆਂਡਿਆਂ ਦੀ ਅਤੇ ਮੀਟ ਦੀ ਦੁਕਾਨ ਹੈ ਆਂਡੇ ਮੀਟ ਵੱਢਦਾ ਵਾਰ ਉਹ ਸਾਨੂੰ ਨਹੀਂ ਪਤਾ ਮੀਟ ਵੱਢਦੇ ਹੋਏ ਲੱਗ ਗਈ ਜਾਂ ਆਪ ਲਗਾ ਲਈ ਜਾਂ ਕਿਤੋਂ ਲਗਾ ਲਈ ਉਹਨਾਂ ਸਾਡੇ ਘਰ 'ਤੇ ਹਮਲਾ ਕਰਕੇ ਉਲਟਾ ਸਾਡੇ 'ਤੇ ਪਰਚਾ ਕੀਤਾ 1.5 ਲੱਖ ਦੀ ਮੰਗ ਕਰ ਰਿਹਾ ਆ ਕਿ ਅੱਜ ਸ਼ਾਮ ਤੱਕ ਜਾਂ ਤਾਂ 1.5 ਲੱਖ ਰੁਪਏ ਜਮ੍ਹਾਂ ਕਰਾਓ ਜਾਂ ਫਿਰ ਤੁਹਾਡੇ ਘਰ ਦੇ ਅੰਦਰ ਜਾਣਗੇ ਮੇਰੀ ਪੂਰੀ ਫੈਮਿਲੀ ਨੂੰ ਧਮਕੀ ਦਿੱਤੀ ਜਾ ਰਹੀ ਕਿ ਮੇਰੀ ਪੂਰੀ ਫੈਮਿਲੀ ਅੰਦਰ ਜਾਊਗੀ ਮੇਰੇ ਹਸਬੈਂਡ ਮੇਰਾ ਦੇਵਰ ਮੇਰੇ ਬੱਚੇ ਮੇਰਾ ਸਹੁਰਾ ਸਾਹਿਬ ਮੇਰੀ ਸੱਸ ਬਜ਼ੁਰਗ ਹੈਗੇ ਆ ਸਹੁਰਾ ਸਾਹਿਬ ਨੂੰ ਮੇਰੇ ਨੂੰ ਬਿਲਕੁਲ ਦਿਖਦਾ ਕੁਛ ਨਹੀਂ ਹੈਗਾ ਉਹਨਾਂ ਦੀ ਅੱਖਾਂ ਦਾ ਆਪਰੇਸ਼ਨ ਹੋਣਾ ਸੀਗਾ ਉਹਨਾਂ ਦਾ ਵੀ ਵਿੱਚੇ ਨਾ ਮੇਰੇ ਹਸਬੈਂਡ ਦਾ ਵਿੱਚ ਨਾ ਮੇਰੇ ਦਿਓਰ ਦਾ ਵੀ ਵਿੱਚ ਨਾ ਮਤਲਬ ਮੇਰੀ ਪੂਰੀ ਫੈਮਿਲੀ ਨੂੰ ਘੜੀਸਿਆ ਜਾ ਰਿਹਾ ਜੀ ਸਾਨੂੰ ਇਹ ਕਿਹਾ ਜਾ ਰਿਹਾ ਕਿ ਪੂਰੀ ਫੈਮਿਲੀ ਬੰਨੀ ਜਾਊਗੀ ਜੀ ਕਿਸ ਵੇਸ ਤੇ ਬੰਨੀ ਜਾਊਗੀ ਨਜਾਇਜ਼ ਧੱਕਾ ਹੋ ਰਿਹਾ ਮੈਂ ਸਰ ਮੇਰੇ ਗੱਲੇ ਨਹੀਂ ਸੁਣੀ ਜਾ ਰਹੀ ਮੈਂ ਪਿਛਲੇ 12ਵੇਂ ਮਹੀਨੇ ਦੇ 5 ਮਹੀਨੇ ਤੋਂ ਲਗਾਤਾਰ ਗੇੜੇ ਮਾਰ ਰਹੀ ਹਾਂ ਪਹਿਲਾਂ ਪ੍ਰਗਿਆ ਜਨ ਮੈਡਮ ਇੱਥੇ ਬੈਂਦੇ ਸੀ ਉਹਨਾਂ ਕੋਲ ਫੇਸ ਟੂ ਫੇਸ ਮੁਲਾਕਾਤ ਹੋਈ ਸੀਗੀ ਸਾਰੀ ਗੱਲ ਸੁਣੀ ਉਹਨਾਂ ਨੇ ਕਿਹਾ ਸੀ ਹੱਲ ਹੋਊਗਾ 2-4 ਦਿਨਾਂ ਵਿੱਚ 4 ਮਹੀਨੇ ਲਾਂਗੇ ਫਿਰ ਇੱਥੇ ਦੂਜੇ ਸਰ ਬੈਠੇ ਆ ਉਹਨਾਂ ਨੂੰ ਅਸੀਂ ਦੁਬਾਰਾ ਹਮੇਰ ਦੇ ਕੇ ਗਈਆਂ ਪਰਚੇ ਆਪਣਾ ਉਹਨਾਂ ਨੇ ਵੀ ਇਹ ਕਿਹਾ ਸੀ ਵੀ ਅੱਗੇ ਮਾਰ ਕਰਦੇ ਹਾਂ ਕੋਈ ਨਾ ਜੀ ਹੱਥੋਂ ਹੱਥ ਤੁਹਾਡਾ ਕੰਮ ਹੋਊਗਾ ਬਿਲਕੁਲ ਨਹੀਂ ਸੁਣਵਾਈ ਹੋਈ ਜੀ 5 ਮਹੀਨੇ ਹੋ ਗਏ ਮੈਨੂੰ ਲਗਾਤਾਰ ਕਦੇ ਕਿਸੇ ਥਾਣੇ ਕਦੇ ਮਿਹਰਵਾਨ ਜਾਣੀ ਆ ਕਦੇ ਮੱਤੇਆੜੀ ਜਾਣੀ ਆ ਕਦੇ ਇੱਥੇ ਆਉਣੀ ਕਦੇ ਮਿਹਰਵਾਨ ਕਦੇ ਮੱਤੇਆੜੀ ਕਦੇ ਇੱਥੇ ਕੱਲ੍ਹ ਮੋਤੀ ਨਗਰ ਦੇ ਸਾਰੇ ਦਫ਼ਤਰ ਗਾ ਕੇ ਆਏ ਸਾਰੇ ਅਫਸਰਾਂ ਨੂੰ ਮਿਲ ਕੇ ਆਏ ਸਭ ਨੇ ਇਹੀ ਕਿਹਾ ਕਿ ਹੱਲ ਹੋਊਗਾ ਹੱਲ ਜਦੋਂ ਹੋਊਗਾ ਜਦੋਂ ਅਸੀਂ ਸਾਡੇ ਟੱਬਰ ਵਿੱਚੋਂ ਜਾਂ ਮੈਂ ਮਰ ਜੂੰਗੀ ਜਾਂ ਮੇਰੇ ਹਸਬੈਂਡ ਅੰਦਰ ਚੱਲ ਜਾਣਗੇ ਮੈਂ ਆਤਮ ਹੱਤਿਆ ਕਰ ਲੂੰ ਮੇਰੇ ਹਸਬੈਂਡ ਅੰਦਰ ਜਾਣਗੇ ਜਦੋਂ ਸਾਡਾ ਹੱਲ ਹੋਣਾ ਉਸ ਤੋਂ ਪਹਿਲਾਂ ਸਾਡਾ ਕੋਈ ਹੱਲ ਨਹੀਂ ਹੋਣਾ ਉਹਦੇ ਨਾਲ ਕੀ ਬਲਕਿ ਪੋਲੀਟੀਸ਼ੀਅਨ ਦੇ 2-3 ਬੰਦੇ ਰਲੇ ਹੋਏ ਆ ਜੀ ਜਿਹੜੇ ਕਹਿੰਦੇ ਆ ਕਿ ਭਗਵੰਤ ਮਾਨ ਸਾਹਿਬ ਸਾਡੀ ਸੁਣੂਗਾ ਮੈਂ ਸਿਰਫ ਭਗਵੰਤ ਮਾਨ ਸਾਹਿਬ ਜੀ ਕੋਲ ਇਹ ਬੇਨਤੀ ਕਰਦੀ ਹਾਂ ਕਿ ਸਾਹਿਬ ਮੈਨੂੰ ਇੰਨੀ ਕੁ ਗੱਲ ਦਾ ਜਵਾਬ ਦਿੱਤਾ ਜਾਵੇ ਵੀ ਜਿਹੜੇ ਉਹਦੇ ਨਾਲ 5 ਸਾਲ ਤੋਂ ਤੁਰ ਰਹੇ ਬੰਦੇ ਉਹ ਉਹਨਾਂ ਦੀ ਸੁਣੋਗੇ ਜਾਂ ਫਿਰ ਜੇ ਆਮ ਪਬਲਿਕ ਨੇ ਉਹਨਾਂ ਨੂੰ ਜਿਤਾਇਆ ਹੈ ਵੋਟਾਂ ਦੇ ਕੇ ਉਹ ਉਹਨਾਂ ਦੀ ਸੁਣੂਗਾ ਮੈਂ ਸਿਰਫ ਉਹਨਾਂ ਕੋਲ ਇਹੀ ਮੰਗ ਕਰਦੀ ਕਿ ਮੈਨੂੰ ਇੰਨੀ ਕੁ ਗੱਲ ਦਾ ਜਵਾਬ ਦਿੱਤਾ ਜਾਵੇ ਕਿ ਉਹ ਕਿਹੜੀ ਸੁਣੂਗੇ ਸਾਨੂੰ ਇਨਸਾਫ ਦਿਵਾਇਆ ਜਾਵੇ ਜੀ ਇਨਕੁਆਇਰੀ ਲਾਇਆ ਜਾਵੇ ਸਰ ਨੇ ਸਾਨੂੰ ਅੰਦਰ ਬੁਲਾਇਆ ਉੱਥੇ ਸੀਨੀਅਰ ਦਫ਼ਤਰ ਨੇ ਜੀ ਆਪਣੇ ਜਿੱਥੇ ਉਹਨਾਂ ਦਾ ਕੈਬਨ ਉੱਥੇ ਬੁਲਾਇਆ ਉਹਨਾਂ ਨੇ ਕਹਿੰਦੇ ਬਹਿ ਕੇ ਗੱਲ ਕਰਦੇ ਹਾਂ ਤੁਹਾਡਾ ਹੱਲ ਕਰਦੇ ਹਾਂ ਢੋਲਿਆ ਚੌਂਕ ਚੱਲੇ ਹਾਂ ਜੀ ਉੱਥੇ ਜੇ ਉਹਨਾਂ ਨੇ ਸਾਡੀ ਸੁਣ ਲਈ ਤਾਂ ਠੀਕ ਹੈ ਜੀ ਨਹੀਂ ਤਾਂ ਫਿਰ ਆਹੀ ਜਗ੍ਹਾ ਦੁਬਾਰਾ ਜੀ ਤੁਸੀਂ 2-4 ਘੰਟੇ ਬਾਅਦ ਇੱਥੇ ਖੜੇ ਹੋਵੋਗੇ ਮੈਂ ਆਪਣੇ ਆਪ ਨੂੰ ਅੱਗ ਲਾ ਲੈਣੀ ਜੀ ਅੱਜ ਕਿਸੇ ਨੇ ਬਚਾ ਲਿਆ 2 ਘੰਟੇ ਬਾਅਦ ਬਚਾਉਣ ਵਾਲਾ ਕੋਈ ਨਹੀਂ ਹੋਊਗਾ ਸੌਰਵ ਚੋਪੜਾ ਜੀ ਉਹਨਾਂ ਨੇ ਸਾਨੂੰ ਰੋਕਿਆ ਉਹਨਾਂ ਨੇ ਕੀਤਾ ਆ ਉਹਨਾਂ ਕੋਲ ਵੀਡੀਓ ਵੀ ਹੋ ਗਈ ਮੈਂ ਮਾਚਿਸ ਨਾਲ ਲੈ ਗਈ ਸੀ ਮੈਂ ਤਾਂ ਆਪਣੇ ਆਪ ਨੂੰ ਅੱਗ ਲਾ ਲੈਣੀ ਜੀ
ਮੈਨੂੰ 2 ਘੰਟੇ ਬਾਅਦ ਤੇਲ ਵੀ ਮਿਲ ਜਾਣਾ, ਮਾਚਿਸ ਵੀ ਮਿਲ ਜਾਣੀ ਜੇ ਮੇਰੀ ਸੁਣਵਾਈ ਨਾ ਹੋ। ਮੈਂ ਤਾਂ ਇਹ ਕਹਿੰਦੀ ਹਾਂ ਕਿ ਜੇ ਉਹ ਕਹਿੰਦਾ ਹੈ ਕਿ ਉਹਦੇ ਸੱਟ ਜਿਹੜੀ ਲੱਗੀ ਉਹ ਮੇਰੇ ਹਸਬੈਂਡ ਨੇ ਮਾਰੀ ਹੈ, ਇਨਕੁਆਇਰੀ ਲਾਓ, ਪਤਾ ਕਰੋ ਜੇ ਮੇਰੇ ਹਸਬੈਂਡ ਦਾ 1 ਰੁਪਏ ਦਾ ਵੀ ਕਸੂਰ ਹੈ, ਜੋ ਸਰਕਾਰ ਕਹੂਗੀ ਉਹ ਕਰਾਂਗੇ। ਹੁਣ ਮੈਨੂੰ ਸਾਹਿਬ ਨੇ ਸੱਦਿਆ ਜੀ ਅੰਦਰ, ਉਹਨਾਂ ਨੇ ਇਹੀ ਕਿਹਾ ਕਿ ਮੈਂ ਸੀਨੀਅਰ ਅਫਸਰ ਦੀ ਡਿਊਟੀ ਲਾ ਰਿਹਾ ਹੁਣੇ ਅਤੇ ਤੁਹਾਡੀ ਯਾਨੀ ਕਿ ਕਾਰਵਾਈ ਕੀਤੀ ਜਾਊਗੀ। ਅਤੇ ਢੋਲੇਵਾਲ ਚੌਂਕ ਜੁਆਇੰਟ ਕਮਿਸ਼ਨਰ ਸਾਹਿਬ ਨੇ ਹੁਣ ਸਾਨੂੰ ਸੱਦਿਆ, ਉਹ ਕਹਿੰਦੇ ਮੈਂ ਚੇਚੇ ਤੌਰ 'ਤੇ ਤੁਹਾਡਾ ਹੀ ਯਾਨੀ ਕਿ ਸਾਰੀ ਪ੍ਰੈਸ ਦੇ ਸਾਹਮਣੇ ਕਹਿ ਕੇ ਗਏ ਆ ਕਿ ਜੋ ਬਣਦੀ ਕਾਰਵਾਈ ਮੈਂ ਕਰੂੰਗਾ। ਤੁਹਾਡੇ ਨਾਲ ਕਦੀ ਬੰਦੇ ਦੀ ਲੜਾਈ ਹੋਈ ਸੀ? ਉਹ ਸਰ ਮੇਰੇ ਘਰ 'ਤੇ ਹਮਲਾ ਕੀਤਾ 20-22 ਜਣਿਆਂ ਨਾਲ ਉਹਨੇ। ਕਿੰਨਾ ਟਾਈਮ ਹੋ ਗਿਆ? ਇਹ ਹੋ ਗਏ ਜੀ ਆਪਣੇ 4 ਮਹੀਨੇ ਪਹਿਲਾਂ ਦੀ ਗੱਲ ਹੈ ਜੀ, 12ਵੇਂ ਮਹੀਨੇ 6/12/2021। ਸਰ ਅੱਗ ਲਾਉਣ ਦੀ ਹੁਣ 1.5 ਲੱਖ ਰੁਪਏ ਮੰਗ ਰਿਹਾ, 5 ਵਜੇ ਪਰਚਾ ਕਹਿੰਦਾ ਪਾ ਦੇਣਾ, ਨਹੀਂ ਤਾਂ 1.5 ਲੱਖ ਰੁਪਇਆ ਦਿਓ। ਹੁਣ ਸੋਚ ਸੋਚ ਕੇ ਸਾਰੀ ਫੈਮਿਲੀ ਪਰੇਸ਼ਾਨ ਹੋ ਰਹੀ ਹੈ, ਇੱਕ ਦੂਜੇ ਨੂੰ ਕਹਿ ਰਹੇ ਹਾਂ ਕਿੱਥੋਂ 1.5 ਲੱਖ ਰੁਪਏ ਲਈਏ। ਅਸੀਂ ਤਾਂ ਜਿਹੜਾ 500-600 ਰੁਪਇਆ ਰੋਜ਼ ਕਮਾਉਣਾ ਉਹੀ ਖਾਣਾ, 2 ਬੱਚੇ ਆ ਮੇਰੇ ਛੋਟੇ ਪੜ੍ਹਦੇ ਆ ਸਕੂਲ, ਇਸ ਟਾਈਮ ਸਕੂਲ 'ਚ ਆ। ਉਹ ਪੈਸੇ ਕਿਉਂ ਮੰਗ ਰਿਹਾ? ਪੈਸੇ ਮੰਗ ਰਿਹਾ ਜੀ ਉਹ, ਬਸ ਯਾਨੀ ਕਿ ਜੇ ਪਰਚਾ ਨਹੀਂ 326 ਦਾ ਕਰਾਉਣਾ ਤਾਂ 1.5 ਲੱਖ ਰੁਪਏ ਦੇ ਦਿਓ। इस पूरे मामले ते पुलिस अधिकारी का कहना है कि इस मामले बारे उन्हां नूं जानकारी नहीं सी, परंतु घटना तो बाद पुलिस अधिकारी ने उन्हां नाल गलबात करके इंसाफ देने दा भरोसा दवाया। मैं वापस अपने दफ्तर जा रहा सी, जदों मैनूं इह पता लग्या कि भी इत्थे मामला इस तरह की हरकत हुई है, तो क्योंकि ये मैनूं दस्सिया गया कि मेरे इलाके का सीगा, सो मेरा फर्ज बनता सीगा कि मैं इन्हां नाल गल करा, इन्हां तों पुछा इन्हां दा दुख की है। जो इन्हां ने दस्सिया हैगा उसके बारे, क्योंकि ना कभी मैं ये पहला मिले ने तो इस करके मैं ये जानकारी नहीं, लेकिन मैं सारे सामने इन्हों यकीन दवाना है कि जो भी इन्हों की शिकायत हैगी है उसकी मैं प्रॉपर टाइप आप खुद पड़ताल करके इन्हों न्याय देने की कोशिश करा। सर कहते हैं पोलीटिकल प्रैशर है तो करके कार्रवाई। देखो मैं तो थोड़ा कह रहा, मैं इस बारे पता ही नहीं है कुछ, बाकी जो अजकल अज के दिन की गल करो तो पोलीटिकल प्रैशर नाम की कोई चीज़ नहीं है। सर एस सी पी दफ्तर के सामने ही जिदा कि इस परिवार वालों आत्मदाह करने की कोशिश की जी, बड़ी वही गल है सर, बड़ी चिंता की गल है कि मैं इस बारे जानता ही नहीं, पिछोकड़ मैं इस बारे अगर कुछ कह नहीं सकता, लेकिन इन्हों कार्रवाई करूँगा। मैं हर किसी चीज़ का पता ही नहीं है, मैं यही मैं कुछ नहीं पता, हाली हाली कुछ नहीं पता है। प्लीज ट्राई टू अंडरस्टैंड, मिलेंगे हम आके। हाँ जी बिल्कुल, जिदा की कार्रवाई हुई स्पष्टीकरण देता जाओ, यही देंगे ना जी, जो इन्हों संतुष्टि हो जाएगी यही अपने आप दसन, साडा तो फर्ज बनता असं स्पष्टीकरण नहीं देना। ठीक है, ये आप ही दसन गए थानू, सानू न्याय मिल गया। ठीक है ना जी, जे मेरिट पर होया, क्योंकि ये भी है ना, ये इन्हों की सोच कुछ होर है, लेकिन वो असी देखनी है कि कानून की सोच है। ठीक है, सो जो मेरिट होएगी वो मुताबिक कार्रवाई होएगी, लेकिन यकीन इस चीज़ का दवाना कि इन्हों के मामले में अच्छी तरह घोट के मैं आप अपनी निगरानी हेठ काम कराऊँ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਕਮਿਸ਼ਨਰ ਦਫ਼ਤਰ ਦੇ ਬਾਹਰ ਇੱਕ ਪਰਿਵਾਰ ਦੇ ਵੱਲੋਂ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਸਮੇਂ ਵੀ ਉੱਥੇ ਮੌਜੂਦ ਪੱਤਰਕਾਰਾਂ ਦੇ ਵੱਲੋਂ ਉਹਨਾਂ ਨੂੰ ਬਚਾ ਲਿਆ ਗਿਆ ਸੀ। ਹਾਲਾਂਕਿ ਪੁਲਿਸ ਨੇ ਇਨਸਾਫ਼ ਦਾ ਭਰੋਸਾ ਜ਼ਰੂਰ ਦਿੱਤਾ, ਪਰੰਤੂ ਵੇਖਣਾ ਹੋਏਗਾ ਕਿ ਪੁਲਿਸ ਪੀੜਤ ਨੂੰ ਇਨਸਾਫ਼ ਦਿਵਾਉਣ ਦੇ ਲਈ ਕਿੰਨੀ ਕੁ ਮੁਸ਼ਤੈਦੀ ਦੇ ਨਾਲ ਕੰਮ ਕਰਦੀ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਲੁਧਿਆਣਾ ਤੋਂ ਬਿਊਰੋ ਰਿਪੋਰਟ, NC7 ਨਿਊਜ਼।